अमेरिका कैलिफोर्निया ਦੇ ਵਿੱਚ ਸਥਿਤ ਇੱਕ ਗੁਰਦੁਆਰੇ ਦੇ ਗ੍ਰੰਥੀ ਸਿੰਘ ਵੱਲੋਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਬੋਧਨ ਹੁੰਦੇ ਕੁਝ ਸਤਰਾਂ ਕਹੀਆਂ ਜਾ ਰਹੀਆਂ ਸਨ ਕਿ ਮੈਨੂੰ ਮਾਫ ਕਰਿਓ, ਮੈਂ ਗੁਰੂ ਦਾ ਨੌਕਰ ਪਹਿਲਾਂ, ਤੁਹਾਡਾ ਨੌਕਰ ਬਾਅਦ 'ਚ, ਮੇਰੇ ਤੋਂ ਇਹ ਕੰਮ ਨਹੀਂ ਹੋਣੇ। ਤੁਹਾਡਾ ਨੌਕਰ ਮੈਂ ਬਾਅਦ ਦੇ ਕੇ ਪਹਿਲਾਂ ਮੈਂ ਆਪਣੇ ਗੁਰੂ ਦਾ ਏ। ਗ੍ਰੰਥੀ ਸਿੰਘ ਨੂੰ ਇਹ ਸ਼ਬਦ ਕਿਉਂ ਕਹਿਣੇ ਪਏ? ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿਹੜੀ ਹੈ, ਉਹਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਨੇ ਕਿ ਕਈ ਵਾਰ ਸਾਨੂੰ, ਸਾਡੇ ਜਿਹੜੇ ਗ੍ਰੰਥੀ ਸਿੰਘ ਆ, ਉਹਨਾਂ ਨੂੰ ਵੀ ਇਹੋ ਜਿਹੇ ਸ਼ਬਦ ਜਿਹੜੇ ਹੈ ਬੋਲਣੇ ਪੈਂਦੇ ਨੇ। ਕਈ ਘਟਨਾਵਾਂ ਸਾਡੀਆਂ ਇਦਾਂ ਦੀਆਂ ਹੋ ਜਾਂਦੀਆਂ। ਗੱਲ ਇਹ ਸੀ ਵੀ ਇੱਕ ਕੁਝ ਤਸਵੀਰਾਂ ਗੁਰੂ ਘਰ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਲਗਾਈਆਂ ਗਈਆਂ, ਅਤੇ ਉਹ ਤਸਵੀਰਾਂ ਨੂੰ ਉਤਾਰਨ ਵਾਸਤੇ ਇਹ ਜਿਹੜਾ ਹੈ ਉਹ ਮਤਾ ਪਾਇਆ ਗਿਆ, ਅਤੇ 44 ਬੰਦਿਆਂ ਨੇ ਉਹ ਤਸਵੀਰਾਂ ਲਾਉਣ ਦੇ ਵਿੱਚ, ਇੱਕ ਬੰਦੇ ਨੇ ਜਿਹੜੀ ਉਹ ਤਸਵੀਰ ਨਾ ਲਾਉਣ ਦੇ ਲਈ ਜਿਹੜੀ ਹੈ ਆਪਣੀ ਵੋਟ ਕੀਤੀ। ਕੀ ਕਿਹੜੀਆਂ ਤਸਵੀਰਾਂ ਨੇ ਉਹ, ਇਹ ਵੀ ਜਾਣ ਲੈਂਦੇ ਹਾਂ। ਤਸਵੀਰਾਂ, ਇੱਕ ਤਾਂ ਤਸਵੀਰ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਜਿਹੜੀ ਕਿ ਲੱਗੀ ਸੀ ਉੱਥੇ, ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਉਹ ਲਗਾਈ ਗਈ ਸੀ, ਅਤੇ ਐਂਟਰੈਂਸ ਜਿੱਦਾਂ ਵੀਡੀਓ 'ਚ ਦਿਖਦਾ ਵੀ ਉਹ ਐਂਟਰੈਂਸ ਦੇ ਵਿੱਚ ਜਦੋਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ, ਤਾਂ ਬਾਹਰ ਉਹ ਤਸਵੀਰਾਂ, ਉਹ 4 ਤਸਵੀਰਾਂ ਲੱਗੀਆਂ ਏ। ਅਤੇ ਦੂਸਰੀ ਤਸਵੀਰ ਉਸ ਸਿੱਖ ਦੀ ਹੈ ਜਿਹਨੂੰ ਸਾਰੀ ਸਿੱਖ ਕੌਮ 20ਵੀਂ ਸਦੀ ਦਾ ਮਹਾਨ ਸਿੱਖ ਮੰਨਦੀ ਹੈ, ਔਰ ਜਿਹਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਅੰਮ੍ਰਿਤਸਰ ਲੱਗੀ ਹੋਈ ਹੈ। ਸੋ ਉਹ ਸਿੱਖ ਦੀ ਤਸਵੀਰ ਦੂਸਰੀ ਜਿਹੜੀ ਹੈਗੀ ਹੈ ਉਹ ਲੱਗੀ, ਅਤੇ ਇਹਨਾਂ ਤਸਵੀਰਾਂ ਨੂੰ ਲਾਉਣ ਵਾਸਤੇ ਵੀ ਜਿਹੜੀ ਹੈ ਇਹ ਕਮੇਟੀ ਨੇ ਵੋਟਾਂ ਪਵਾਈਆਂ, ਅਤੇ 44 ਬੰਦਿਆਂ ਨੇ ਉਹ ਤਸਵੀਰਾਂ ਲਾਉਣ ਦੀ ਜਿਹੜੀ ਉਹ ਗੱਲ ਕੀਤੀ ਹੈ। ਇਹਦੇ ਵਿੱਚ ਇੱਕ ਤਸਵੀਰ ਹੈ ਜਿਹੜੀ ਹੈ ਵੀ ਤਸਵੀਰ ਡਰਾਵੇ ਵੈਰੀ ਨੂੰ, ਤੁਸੀਂ ਮੋਰਾਵਾਲੀ ਦਾ ਢਾਡੀ ਜੱਥਾ ਜਿਹੜਾ ਉਹ ਕਾਫੀ ਉਹਨਾਂ ਦੇ ਇਹ ਢਾਡੀ ਵਾਰ ਜਿਹੜੀ ਹੈ ਪ੍ਰਸੰਗ ਜਿਹੜਾ ਉਹਨਾਂ ਦਾ ਕਾਫੀ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਪ੍ਰਚਲਿਤ ਹੋਇਆ, ਅਤੇ ਉਹਦੇ ਵਾਸਤੇ ਵਾਰਾਂ ਗਾਈਆਂ ਜਾ ਰਹੀਆਂ, ਅਤੇ ਉਹੀ ਤਸਵੀਰਾਂ ਨੂੰ ਉਤਾਰਨ ਵਾਸਤੇ ਉਹ ਜਿਹੜਾ ਇੱਕ ਮਤਾ ਉੱਥੇ ਪਾਇਆ ਗਿਆ। ਇਹਨਾਂ ਤਸਵੀਰਾਂ ਦੇ ਪਿੱਛੇ ਕਾਫੀ ਵੱਡਾ ਜਿਹੜਾ ਇਤਿਹਾਸ ਜਿਹੜਾ ਲੁਕਿਆ ਪਿਆ। ਇਹ ਜਿਹੜੀ ਤਸਵੀਰਾਂ ਹੈ ਇਹ ਸਾਡੇ ਯੋਧਿਆਂ ਦੀਆਂ ਹੈ। ਅਤੇ ਬਾਬਾ ਦੀਪ ਸਿੰਘ ਜੀ ਦੀ ਗੱਲ ਕਰੀਏ ਤਾਂ ਬਾਬਾ ਦੀਪ ਸਿੰਘ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕਰਨੀ ਸੀ ਤਾਂ ਬਾਬਾ ਦੀਪ ਸਿੰਘ ਜੀ ਵੀ ਆਪਣੇ ਜਥੇ ਨਾਲ ਉਹਨਾਂ ਦੇ ਨਾਲ ਰਲੇ ਸੀ, ਅਤੇ ਫਿਰ ਬਾਬਾ ਦੀਪ ਸਿੰਘ ਜੀ, ਉਹੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਬਿਨਾਂ ਧੜ ਤੋਂ ਆਪਣਾ ਜਿਹੜਾ ਕਿਸੇ ਵੀ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਮਿਲਦਾ ਹੈ ਵੀ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਨੂੰ ਆਜ਼ਾਦ ਕਰਾਉਣ ਵਾਸਤੇ ਇੱਕ ਵੱਡੀ ਜੰਗ ਜਿਹੜੀ ਉਹ ਮੁਗਲਾਂ ਨਾਲ ਕੀਤੀ ਸੀ, ਅਤੇ ਆਪਣਾ ਸੀਸ ਜਾ ਕੇ ਦਰਬਾਰ ਸਾਹਿਬ ਭੇਟ ਕੀਤਾ ਸੀ, ਜਿਨ੍ਹਾਂ ਨੇ ਹੋਣੀ ਨੂੰ ਵੀ ਹਰਾ ਦਿੱਤਾ ਸੀ। ਵੀ ਸਿੱਖ ਕੌਮ ਨੂੰ ਕੋਈ ਜੇ ਮਕਾਇਆ ਜਾਂ ਖਤਮ ਕੀਤਾ ਜਾਂ ਨੁਕਸਾਨ ਪਹੁੰਚਾਇਆ ਤਾਂ ਉਹ ਆਪਣਿਆਂ ਨੇ। ਅਤੇ ਪਹਿਲਾਂ ਤਾਂ ਤੁਸੀਂ ਵੀਡੀਓ ਦੇਖੋ ਜਿਹੜੀ ਕਿ ਉੱਥੇ ਉਹਨਾਂ ਨੇ ਮਤਾ ਪਾਇਆ, ਅਤੇ ਦੋ ਉਹਨਾਂ ਨੇ ਇਹਦੇ ਵਿੱਚ ਜਿਹੜੇ ਵੋਟਾਂ ਪਵਾਈਆਂ, ਦੋ ਉਹਨਾਂ ਨੇ ਕੁਐਸਚਨ ਰੱਖੇ ਸੀ। ਇੱਕ ਤਾਂ ਇਹ ਤਸਵੀਰਾਂ ਵਾਸਤੇ ਵੀ ਲਾਉਣੀਆਂ ਚਾਹੀਦੇ ਕਿ ਨਹੀਂ ਲਾਉਣੀਆਂ ਚਾਹੀਦੀਆਂ, ਦੂਜੀ ਜਿਹੜੀ ਅਸੀਂ ਦੋ ਸਿੰਘਾਂ ਦੇ ਕੋਈ ਨਾਮ ਸੀ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਨ ਦੇਣਾ ਜਾਂ ਨਹੀਂ। 45 ਚੋਂ ਯੈਸ, 44 ਨੋ। ਇਹਦੇ 'ਚ ਕਿ ਪਿਕਚਰਸ ਲਾਉਣ ਲਈ ਯੈਸ 44 ਅਗੇਂਸਟ ਨੋ 1। ਦੂਸਰਾ ਕੁਐਸਚਨ ਸੀ, ਸ਼ੁੱਡ ਮਾਨ ਐਂਡ ਤੂਰ ਬੀ ਅਲਾਊਡ ਟੂ ਗੁਰਦੁਆਰਾ? ਉਹਦੇ ਵਿੱਚ ਦੋ ਵੋਟਾਂ ਸੀ ਯੈਸ, 40 ਵੋਟ ਸੀ ਨੋ, 3 ਐਬਸਟੇਨ, ਟੋਟਲ 45। ਫੈਸਲਾ ਹੋ ਗਿਆ। ਫੈਸਲੇ ਦੇ ਵਿੱਚ ਜਦੋਂ ਉਹਨਾਂ ਨੇ ਇਹ ਗੱਲ ਕਰੀ ਕਿ ਹੁਣ ਜਿਹੜਾ ਇਹ ਜਿਹੜਾ ਮਤਾ ਹੈ ਇਹਦੇ 'ਤੇ ਜਿਹੜਾ ਵਿਚਾਰ ਕੀਤਾ ਜਾਏਗਾ, ਅਤੇ ਅੱਗੇ ਜਿਹੜਾ ਟਰੱਸਟ ਜਿਹੜਾ ਹੈਗਾ ਉੱਥੇ ਦਾ ਉਹਦੀ ਅਗਲੀ ਕਾਰਵਾਈ ਕਰੇਗਾ। ਪਰ ਜਿਹੜੇ ਉੱਥੇ ਸੰਗਤਾਂ ਮੌਜੂਦ ਸੀ ਉਹ ਕਹਿੰਦੇ ਨਹੀਂ, ਹੁਣ ਇਹਦਾ ਜਿਹੜਾ ਹੈ ਫੈਸਲਾ ਕਰੋ। ਜਦੋਂ ਇਹ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਵੀ ਚਲੋ, ਜੇ ਅਸੀਂ ਇੱਕ ਜਿਹੜੇ ਉੱਥੇ ਫੈਸਲਾ ਕਰਵਾਉਣ ਵਾਲੇ ਸੀ ਜਾਂ ਮੁਖੀ ਸੀ ਜਾਂ ਮੋਢੀ ਸੀ, ਉਹ ਕਹਿੰਦੇ ਅਸੀਂ ਇਹ ਬੇਨਤੀ ਕਰਦੇ ਵੀ ਜਿਨ੍ਹਾਂ ਨੇ ਇਹ ਤਸਵੀਰਾਂ ਲਾਈਆਂ ਉਹ ਆਪ ਲਾ ਲੈਣ ਤਾਂ ਚੰਗਾ ਹੋਵੇਗਾ। ਅਤੇ ਇਸ 'ਤੇ ਫਿਰ ਸਾਰਿਆਂ ਨੇ ਜਕਾਰੇ ਵੀ ਛੱਡੇ, ਅਤੇ ਇੱਕ ਦੋ ਬੰਦਿਆਂ ਨੇ ਉਹਨਾਂ ਦਾ ਰੋਸ ਵੀ ਕੀਤਾ। ਅਤੇ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਜਿਹੜੀ ਨਾਲ ਵਾਇਰਲ ਹੋ ਰਹੀ ਹੈ, ਅਤੇ ਉਹ ਸੀ ਵੀ ਗ੍ਰੰਥੀ ਸਿੰਘ ਜਿਹੜਾ ਉੱਥੇ ਦਾ ਗ੍ਰੰਥੀ ਸਿੰਘ ਹੈ ਉਹਨੂੰ ਕਿਹਾ ਗਿਆ, ਜੇ ਕੋਈ ਮੰਨਿਆ ਨਹੀਂ ਤਸਵੀਰਾਂ ਲਾਉਣ ਵਾਸਤੇ ਤਾਂ ਗ੍ਰੰਥੀ ਸਿੰਘ ਨੂੰ ਕਿਹਾ ਵੀ ਗ੍ਰੰਥੀ ਸਿੰਘ ਤੋਂ ਇਹ ਤਸਵੀਰਾਂ ਜਿਹੜੀਆਂ ਲਵਾਈਆਂ ਜਾਣ। ਪਰ ਗ੍ਰੰਥੀ ਸਿੰਘ ਨੇ ਉਸ ਟਾਈਮ ਫਿਰ ਉੱਥੇ ਗੱਲ ਕੀਤੀ ਇਹ ਕਿ ਮੈਂ ਗੁਰੂ ਦਾ ਨੌਕਰ ਪਹਿਲਾਂ, ਤੁਹਾਡਾ ਨੌਕਰ ਬਾਅਦ 'ਚ,
ਤੇ ਮੈਂ ਪੰਥ ਦੇ ਨਾਲ ਆ ਨਾ ਕਿ ਤੁਹਾਡੇ ਨਾਲ ਜੇ ਆਪਾਂ ਫੋਟੋ ਲਾਉਣੀ ਆ ਔਰ ਇਹ ਮਾਰੇ ਦੇ ਹਜ਼ੂਰ ਜੀ ਬੈਠੇ ਇਹਨਾਂ ਨੂੰ ਪੁੱਛ ਲਓ ਮੈਂ ਇਹਨਾਂ ਨੂੰ ਸਿਰਫ ਪੇਜ ਕਾਸਟ ਤੇ ਮੈਂ ਕਹਾਂ ਜੀ ਮੈਂ ਨਹੀਂ ਲਾ ਸਕਦਾ ਤੁਸੀਂ ਲਾਉਣੀ ਲਾ ਲਓ ਪੇਜ ਕਾਸਟ ਤੇ ਪੇਜ ਰੱਖਦੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਫੋਨ ਗਿਆ ਇਹ ਬਾਹਰ ਚਲ ਗਏ ਕਾਰ ਜਿੱਥੇ ਕਾਰ ਖੜੀ ਹੁੰਦੀ ਆ ਉੱਥੇ ਸੀਗੇ ਮਨਜੀਤ ਭਾਜੀ ਕਮੇਟੀ ਮੈਂਬਰ ਨਾਲ ਸੀ ਮੈਂ ਉਹਨਾਂ ਨੂੰ ਜਦ ਫੜਾਉਣ ਗਿਆ ਪੇਜ ਕਾਸਟ ਤੇ ਪੇਜ ਮੈਂ ਕਿਹਾ ਤੁਸੀਂ ਲਾਉਣੀਆਂ ਲਾ ਲਓ ਜੀ ਹੈ ਨਾ ਤੇ ਉਦੋਂ ਮਨਜੀਤ ਭਾਜੀ ਨੇ ਕਿਹਾ ਵੀ ਆਪਾਂ ਲਾਉਣੀ ਮੈਨੂੰ ਕਮੇਟੀ ਮੈਂਬਰ ਦਾ ਆਰਡਰ ਹੋਇਆ ਸੀਗਾ ਪਰ ਮੈਂ ਮਾਫ਼ੀ ਚਾਹੁੰਦਾ ਜੀ ਤੁਸੀਂ ਵਿਨ ਕਰ ਗਏ ਆ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਜੀ ਪਰ ਉਹ ਮਹਾਨ ਸ਼ਖਸੀਅਤ ਆ ਜੀ ਮੇਰੇ ਕੋਲ ਇਹ ਕੰਮ ਹੋਣਾ ਨੀ ਤੁਹਾਡਾ ਨੌਕਰ ਮੈਂ ਬਾਅਦ ਦਿਨ ਪਹਿਲਾਂ ਮੈਂ ਆਪਣੇ ਗੁਰੂ ਦਾ ਆਇਆ ਜੀ ਗੁਰੂ ਸਾਹਿਬ ਨੇ ਦੱਸਿਆ ਰਹਿਤ ਪਿਆਰੇ ਮੁਝ ਕੋ ਸਿੱਖ ਪਿਆਰ ਨਾਏ ਉਹ ਬੰਦੇ ਉਹ ਸੀਗੇ ਉਹ ਯੋਧੇ ਉਹ ਆ ਜਿਨ੍ਹਾਂ ਨੇ ਕੌਮ ਵਾਸਤੇ ਜਾਨਾ ਪਾਈ ਅਸੀਂ ਇੱਕ ਪੰਜਾਬ ਬਣਾ ਕੇ ਰੱਖ ਦਿੱਤਾ ਸਾਡਾ ਦਿਲ ਕਰਦਾ ਵੋਟਾਂ ਪਾਉਂਦੇ ਸਾਡਾ ਦਿਲ ਕਰਦਾ ਆ ਕਰਨਾ ਗ੍ਰਾਂਤੀ ਸਿੰਘ ਨੂੰ ਤਾਂ ਤੁਸੀਂ ਨੌਕਰ ਬਣਾ ਕੇ ਰੱਖਿਆ ਹੋਇਆ ਕਦੇ ਤੁਸੀਂ ਕਹਿੰਦੇ ਆ ਲਾ ਦਿਓ ਕਦੀ ਕਹਿੰਦੇ ਲਾ ਦਿਓ ਜਵਾਬ ਦੇਤਾ ਤੁਸੀਂ ਬਿਨ ਕਰ ਗਏ ਵਧਾਈ ਦੇ ਪਾਤਰ ਤੁਸੀਂ ਸਿਆਣਪ ਤੁਸੀਂ ਵਰਤੋ ਕੀ ਉਹ ਸਾਡੇ ਯੋਧੇ ਨਹੀਂ ਹੈਗੇ ਸਾਡੇ ਹੈਗੇ ਉਹ ਆਪਣੇ ਯੋਧੇ ਆ ਤੇ ਅਸੀਂ ਉਹਨਾਂ ਦੀ ਸਤਿਕਾਰ ਕਰ ਰਹੇ ਹਾਂ ਜੀ ਸੋ ਉਸ ਤੋਂ ਬਾਅਦ ਕੀ ਜਿਹੜਾ ਉੱਥੇ ਬਣਿਆ ਵੀ ਉਹ ਫੋਟੋਆਂ ਲਾਈਆਂ ਗਈਆਂ ਤਸਵੀਰਾਂ ਲਾਈਆਂ ਗਈਆਂ ਜਾਂ ਲੱਗੀਆਂ ਗਈਆਂ ਅਤੇ ਉਹਨਾਂ ਦਾ ਕੁਛ ਜਿਹੜਾ ਹੈ ਨਹੀਂ ਪਤਾ ਪਰ ਇੱਕ ਜਿਹੜੀ ਇਹ ਸਾਰੀ ਘਟਨਾ ਇਹ ਵਾਕਈ ਬੜੀ ਹੀ ਗੰਭੀਰ ਮਸਲਾ ਹੈ ਇਹਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਲੋਕਲ ਆਪਣੇ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ ਉਹਨਾਂ ਨੂੰ ਵੀ ਇਸ 'ਤੇ ਆਪਣਾ ਰਿਐਕਸ਼ਨ ਦੇਣਾ ਚਾਹੀਦਾ ਹੈ ਅਤੇ ਨਾਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਜਿਨ੍ਹਾਂ ਦੇ ਉਹ ਸਾਰੀ ਦੁਨੀਆ ਦੇ ਸਿੱਖ ਜਿਹੜੇ ਹੈਗੇ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਵੀ ਇਸ ਦਾ ਕੋਈ ਨਾ ਕੋਈ ਸੰਗਿਆਨ ਲੈਣਾ ਚਾਹੀਦਾ ਅਤੇ ਕਿਉਂਕਿ ਇਹੋ ਜਿਹੇ ਜਿਹੜੇ ਇਹ ਮਸਲੇ ਪਹਿਲਾਂ ਜਿਹੜੇ ਹੈ ਇਹ ਫਿਰ ਅੱਗੇ ਜਾ ਕੇ ਬਹੁਤ ਜ਼ਿਆਦਾ ਗੰਭੀਰ ਜਿਹੜਾ ਰੂਪ ਅਖਤਿਆਰ ਕਰ ਲੈਣਗੇ ਸੋ ਇਸ 'ਤੇ ਸਾਡੇ ਜਿਹੜੇ ਸੰਸਥਾਵਾਂ ਪ੍ਰਮੁੱਖ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਔਰ ਪ੍ਰਮੁੱਖ ਜਥੇਬੰਦੀਆਂ ਉਹਨਾਂ ਨੂੰ ਬਿਲਕੁਲ ਇਸ 'ਤੇ ਕੋਈ ਰਿਐਕਸ਼ਨ ਕਰਨਾ ਚਾਹੀਦਾ ਅਤੇ ਉਹ ਇਹਦਾ ਕੀ ਪਿੱਛੇ ਰੀਜ਼ਨ ਕੀ ਉਹਦਾ ਉਹਨੂੰ ਜਾਣਨਾ ਚਾਹੀਦਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।